फकीरे सोए तेरी खुशबू नशी फकीरे सोए तेरी खुशबू नशी गल तेरी गल मेरे भला कर दे शारे भी यार राधा दे सहारे पर चले तेरे लगते ने लारे उसन राज होए ना रे लाओ ये जबर लाए गए हम ये होए बड़ा अच्छा गाना आप जी के पेश कर रहे हैं, उम्मीद है पसंद करेंगे। चौथा
छोटे साहजादियों की शहजादियाँ कितने नहीं मिलती। तन सी जिक्र है तन उन्होंने शहादत तो उसी का जिक्र है कि जिगरा यो कितों मिलिया सी छोटे फिर जंदा नू जयकारे लाउंदे आखण जी उसरण दो जंदा नू क्यों नहीं सी निक्कियां अमरां दहशत विच बैल दियां नीहां मजबूत कर गए ओए मजहब दे महल दियां ਕਿਉਂ ਸਰਹੰਦ ਵਿੱਚ ਜਾ ਕੇ ਕਿਉਂ ਸਰਹੰਦ ਵਿੱਚ ਜਾ ਕੇ ਓ ਯੋ ਦੀਵਾਰ ਜੀ ਓ ਸੁਣਿਆ ਇਸ ਗੋ ਵਿੱਚ ਦਾ ਵੀ ਓ ਯੋ ਦੀਵਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚਦਾ ਕਵੀ ਸੇ ਉਸਦਾ ਜ਼ਿਕਰ ਹੈ ਕਿ ਸ਼ਾਇਰ ਕਲਮਾਂ ਨੂੰ ਸਮਝਣ ਸ਼ਾਇਰ ਕਲਮਾਂ ਨੂੰ ਸਮਝਣ ਹੁਣ ਆਪਣੀ ਤਲਵਾਰ ਜੀ ਸੁਣਿਆ ਇਸ ਕੰਮ ਸਾਫ ਹੋਇਆ ਦਿਲਦਾਰ ਜੀ ਉਹ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਮਤ ਕੁਰਬਾਨੀ ਦੇ ਜਿੰਨਾ ਦੇ ਇਸ਼ਕ ਅਨੋਖੇ ਦਿਲ ਬਰ ਜਾਂਦੇ ਦਿੱਲੀ ਨਾ ਪਈ
ਸੁਲਤਾਨੀ ਉਹ ਜਿਸਦੀ ਰਫਤਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਦੱਸੋ ਕੁਝ ਕਿੱਥੇ ਸਾਨੂੰ ਹਿੰਮਤ ਕੁਰਬਾਨੀ ਦੇ ਜਿੰਦਾ ਦੇ ਇਸ਼ਕ ਮੌਕੇ ਉਸ ਦਿਨ ਖੁੱਲ ਜਾਂਦੀ ਦੇ ਸਿੱਧੀ ਨਾ ਪਈ ਮੈਦਾਨੀ ਉਹ ਜਿਸਦੀ ਰਫਤਾਰ ਜੀ ਸੁਣਿਆ ਇਸ ਕੌਮ ਕਾਵੀ ਹੋਏ ਦਿਲਦਾਰ ਜੀ ਉਹ ਸੁਣਿਆ ਇਸ ਕੌਮ ਕਾਵੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਉਹ ਇੱਕ ਦਿਨ ਮੈਨੂੰ ਬੰਦਾ ਮਿਲਿਆ ਇੱਕ ਦਿਨ ਮੈਨੂੰ ਬੰਦਾ ਮਿਲਿਆ Thank you. सारी चीजें प्रॉपर तरीके ना हो सकन हेलो 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 हाँ जी ਸ਼੍ਰੀਕਾਲ ਜੀ ਸਾਰਿਆਂ ਨੂੰ
ਸਤਿੰਦਰ ਸਰਤਾਜ ਜੀ ਐਂਡ ਨੀਰੂ ਬਾਜਵਾ ਜੀ ਤੁਹਾਡੇ ਵਿਚਕਾਰ ਬਹੁਤ ਹੀ ਜ਼ਿਆਦਾ ਸੁਣ ਕੇ ਉਹ ਬੇਤਾਬ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਤਰਵੰਡੀ ਸਾਹਿਬ ਟੱਲੀ ਬੰਦਦੀ ਤੇ ਧਰਤੀ ਧੜਕਦੀ ਚੋਂ ਅਲੜ ਸੋਣ ਜਜ਼ਬਾ ਤਾਇਓ ਰਬਾ ਬੋਹੇ ਰੂਹਾਨੀਤ ਮਾਹੌਲ ਹੁਣ ਬਹੁਤ ਹੀ ਜ਼ਿਆਦਾ ਬਣ ਰਿਹਾ ਹੈ ਅਲੀ ਨੈਣਾ ਨੂੰ ਚੇਟਕ ਦੀਦਾਰ ਦੀ ਤੇ ਖੁਸ਼ਨੂ ਨੂਰ ਨੂੰ ਦੇਖਣ ਦਾ ਖਾਬ ਹੋਇਆ ਇਹ ਤਾਂ ਰੂਹਾਂ ਦੀ ਮਹਿਕ ਨੂੰ ਪਾਲਦਾ ਜੀ ਉਹ ਤਾਂ ਆਪੇ ਹੀ ਜੀਕਣ ਗੁਲਾਬ ਹੋਇਆ ਧਰਤੀ ਤੋਂ ਮੇਰੀ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਜ਼ਮੀਨ ਤਾਜੀ ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ ਟੱਲੀ ਵੱਜਦੀ ਤੇ ਧਰਤੀ ਧੜਕਦੀ ਚੋਂ ਅਲੜ ਸੋਣ ਜਜ਼ਬਾ ਤਾਇਓ ਰਬਾਬ ਹੋਇਆ ਸੋ ਨੀਰੂ ਮੈਮ ਐਂਡ ਬਾਜਵਾ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਸੋ ਪਹਿਲਾਂ ਵੀ ਪੂਰੀਆਂ ਮੂਵੀ ਹਿੱਟ ਗਈਆਂ ਨੇ ਇਹ ਵੀ ਮੂਵੀ ਦੇ ਵਿੱਚ ਮਤਲਬ ਸ਼ਾਇਰਾਨਾ ਅੰਦਾਜ਼ ਤੇ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲੂਗਾ ਤੇ ਅੱਜ ਬਾਬਾ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਤੋਂ ਨਹੀਂ
ਟੱਲੀ ਵੱਜਦੀ ਤੇ ਧਰਤੀ ਧੜਕਦੀ ਚੋਂ ਅਲੜ ਸੋਹਣ ਜਜ਼ਬਾਤਾਂ ਓ ਰਬਾਬ ਹੋਇਆ ਅਲੱਗੀ ਨੈਣਾਂ ਨੂੰ ਚੇਟਕ ਦੀਦਾਰ ਦੀ ਤੇ ਖੁਸ਼ਦੋ ਨੂਰ ਨੂੰ ਦੇਖਣ ਦਾ ਖਾਬ ਹੋਇਆ ਰੂਹਾਂ ਦੀ ਮਹਿਤ ਨੂੰ ਪਾਲਣਾ ਜੀ ਉਹ ਤਾਂ ਆਪੇ ਹੀ ਜੀਕਣ ਗੁਲਾਬ ਹੋਇਆ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਫੁੱਲ ਦੇ ਖੁਸ਼ਬੂ ਅੱਜ ਮਿਲ ਕੇ ਮਹਿਫਿਲ ਕਰਵਾਉਣ ਲੱਗੇ ਨੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰੰਗਵਾਉਣ ਲੱਗੇ ਨੇ ਬਦਲਾ ਨੇ ਬੰਦੋ टीचर साहबान की फैसिलिटी की ओबियसली स्टूडेंट्स की साड़िया विजिट शुरू हो गई ने हूँ शायर फिल्म की प्रमोशन दियाँ तो सारे को पता ही होना 19th of April में आ रही है सत श्रीकाल जी किवें हो आए क्यों करते हो यार मैं मलवई बोलने की कोशिश कर रहा बठिंडे असं बहुत बारी आए हैं तो मैं बड़ा चंगा लगता कि जाना पैना फिर सानू मालवे के वल के दुआबे फुल ने कपाही दे मोतिया चमेली बेला केत की तरे फुल तारा मीरा सर के बनाई दे केसू चकनार में शरीर के अमल तास तेरे लिए खेतों चुगाई दे मैं बड़ा चंगा लगता सुनो साड़ी सांझ बन कर रहे दुआबे माधवे मालवे माझे की पुआ दी और पाकिस्तानी पंजाब की भी इंशाला तो मैं तुम सारे तकीद यही करना आया अभी मैंने पता तुम ऐसा सू जान नहीं देना जेडे तुम म्यूजिशियन ला ले ते चलो भाई राजे दे दो मैं तीजा गाना एक मेरी गल सुनो जेड़ा गाना एक सुनना वही दस दो बाद में फरमाइश करो हाँ दा फुल ते खुशबू अज मिलके महफिल करवाउण लगे ने बठिंडे तो नहीं इजाजत सुपने रंगवाण लगे ने
हाँ बंदड़ा ने बंदोबस्त भी किते ने उमदा सारे अतुप होरी लाण कनाता स्टूडेंट जय गौण लगे ने महफिल करवाण लगे ने धरती तो गई इजाजत सुपने रंगवाण लगे ने सरताज होरी भी फिल्मा बनवाण लगे ने धरती तो गई इजाजत सुपने रंगवाण लगे ने तुन के कुछ लोग मिलके आण लगे ਦਾ ਵੀ ਹੋਰ ਬੁਰਾ ਹੋ ਗਿਆ ਜਿੱਦਾਂ ਦਾ
भी होर गूड़ा हो गया, पानी प्यार वाला पत्तिया में हो गया, अब ठंडे का दीदार हेलो ਹੋਵੇ